ਇਹ ਹੈ ਜੀ ਆਬੂ ਧਾਬੀ ਯੂਏਈ ਦੀ ਰਾਜਧਾਨੀ ਅਤੇ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਅਮੀਰ ਸ਼ਹਿਰ ਆਮ ਤੌਰ ਤੇ ਜਦੋਂ ਯੂਏਈ ਦਾ ਨਾਮ ਆਉਂਦਾ ਹੈ ਤਾਂ ਲੋਕਾਂ ਦੇ ਮਨ ਦੇ ਵਿੱਚ ਦੁਬਈ ਦਾ ਹੀ ਖਿਆਲ ਆਉਂਦਾ ਹੈ ਉਹੀ ਉੱਚੀਆਂ ਉੱਚੀਆਂ ਇਮਾਰਤਾਂ ਲਗਜ਼ਰੀ ਹੋਟਲ ਅਤੇ ਰਿਜ਼ੋਰਟਸ ਤੇ ਆਬੂ ਧਾਬੀ ਨੂੰ ਲੋਕ ਜ਼ਿਆਦਾਤਰ ਇਤਿਹਾਦ ਏਅਰਲਾਈਨ ਕਰਕੇ ਹੀ ਜਾਣਦੇ ਨੇ ਤੁਹਾਡੀ ਸਕਰੀਨ ਤੇ ਹੁਣ ਦੋ ਲੋਕਾਂ ਦੀ ਫੋਟੋ ਹੈ ਤੇ ਯਕੀਨੀ ਤੌਰ ਤੇ ਤੁਸੀਂ ਸੱਜੇ ਪਾਸੇ ਵਾਲੇ ਇਨਸਾਨ ਨੂੰ ਹੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਇਹ ਹਨ ਜੀ ਮੁਹੰਮਦ ਬਿਨ ਰਾਸ਼ਿਦ ਅਲ ਮਖਦੂਮ ਦੁਬਈ ਦੇ ਇਹ ਰੂਲਰ ਨੇ ਪਰ ਤੁਹਾਨੂੰ ਇਹ ਜਾਣ ਕੇ ਕਾਫੀ ਜ਼ਿਆਦਾ ਹੈਰਾਨੀ ਹੋਵੇਗੀ ਕਿ ਖੱਬੇ ਪਾਸੇ ਵਾਲਾ ਆਦਮੀ ਸ਼ੇਖ ਰਸ਼ੀਦ ਤੋਂ ਕਿਤੇ ਜ਼ਿਆਦਾ ਤਾਕਤਵਰ ਹੈ ਤੇ ਕਿਤੇ ਜ਼ਿਆਦਾ ਅਮੀਰ ਹੈ ਇਹ ਇੰਨਾ ਜ਼ਿਆਦਾ ਤਾਕਤਵਰ ਹੈ ਕਿ ਸਾਲ 2019 ਦੇ ਵਿੱਚ ਨਿਊਯਾਰਕ ਟਾਈਮਸ ਦੇ ਵਿੱਚ ਇੱਕ ਰਿਪੋਰਟ ਛਪੀ ਸੀ ਉਹਨਾਂ ਦੇ ਅਨੁਸਾਰ ਇਹ ਅਰਬ ਦੀ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਰਾਜਨੀਤਿਕ ਲੀਡਰ ਹੈ ਇੱਥੋਂ ਤੱਕ ਕਿ ਇਹ ਸਾਊਦੀ ਅਰਬ ਦੇ ਰੂਲਰ ਤੋਂ ਵੀ ਕਿਤੇ ਜ਼ਿਆਦਾ ਤਾਕਤਵਰ ਹੈ ਅੱਜ ਪੂਰੇ ਪਰਸ਼ੀਅਨ ਗੋਲਫ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਤੇ ਦੁਬਈ ਜਿੱਥੇ ਵੀ ਖੜਾ ਹੈ ਉਹ ਸਾਰੀ ਦੁਬਈ ਦੀ ਸਫਲਤਾ ਪਿੱਛੇ ਅਤੇ ਯੂਏਈ ਦੀ ਸਫਲਤਾ ਪਿੱਛੇ ਇਸ ਇਨਸਾਨ ਦਾ ਹੀ ਹੱਥ ਹੈ ਇਸ ਇਨਸਾਨ ਦਾ ਨਾਮ ਹੈ ਜੀ ਸ਼ੇਖ ਮੁਹੰਮਦ ਬਿਨ ਜੈਦ ਸ਼ੇਖ ਮੁਹੰਮਦ ਬਿਨ ਜੈਦ ਆਬੂ ਧਾਬੀ ਦੇ ਰੂਲਰ ਨੇ ਇਹ ਦੁਬਈ ਦੇ ਪ੍ਰੈਜ਼ੀਡੈਂਟ ਨੇ ਤੇ ਪੂਰੇ ਗੋਲਫ ਦੇ ਸਭ ਤੋਂ ਜ਼ਿਆਦਾ ਤਾਕਤਵਰ ਨੇਤਾ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਛੋਟੀ ਤੋਂ ਛੋਟੀ ਡਿਟੇਲ ਦੇ ਵਿੱਚ ਤੁਹਾਨੂੰ ਦੱਸੂਗਾ ਕਿ ਕਿਵੇਂ ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਆਬੂ ਧਾਬੀ ਨੂੰ ਆਪਣੇ ਪੈਰਾਂ ਦੇ ਉੱਪਰ ਖੜਾ ਕੀਤਾ ਤੇ ਕਿਵੇਂ ਇਹ ਇੰਨੇ ਜ਼ਿਆਦਾ ਅਮੀਰ ਤੇ ਤਾਕਤਵਰ ਇਨਸਾਨ ਬਣ ਗਏ ਕਿਹੜੀ ਚੀਜ਼ ਹੈ ਜਿਸ ਦੇ ਨਾਲ ਆਬੂ ਧਾਬੀ ਅੱਜ ਪੂਰੀ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਅਤੇ ਅਮੀਰ ਸ਼ਹਿਰ ਬਣ ਗਿਆ ਹੈ ਫਿਰ ਚਾਹੇ ਉਹ ਪੱਛਮੀ ਸੁਪਰ ਪਾਵਰ ਦੇਸ਼ ਹੋਣ ਅਰਬ ਦੇ ਦੇਸ਼ ਹੋਣ ਏਸ਼ੀਅਨ ਹੋਣ ਇੱਥੋਂ ਤੱਕ ਕਿ ਚਾਈਨਾ ਵੀ ਇਹਨਾਂ ਦੇ ਨਾਲ ਆਪਣੀ ਨੇੜਤਾ ਬਣਾ ਕੇ ਰੱਖਣੀ ਚਾਹੁੰਦਾ ਹੈ ਆਬੂ ਧਾਬੀ ਦੀ ਗੱਲ ਕਰੀਏ ਤਾਂ 18ਵੀਂ ਸਦੀ ਤੋਂ ਪਹਿਲਾਂ ਇੱਥੇ ਮਨੁੱਖੀ ਸੱਭਿਅਤਾ ਦੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਸਬੂਤ ਨਹੀਂ ਮਿਲਦੇ ਪਰ ਆਬੂ ਧਾਬੀ ਦੇ ਆਲੇ ਦੁਆਲੇ ਦਾ ਏਰੀਆ ਕਾਫੀ ਜ਼ਿਆਦਾ ਮਹੱਤਵਪੂਰਨ ਸੀ ਇੱਥੇ ਛੋਟੇ ਛੋਟੇ ਕਈ ਕਬੀਲੇ ਰਹਿੰਦੇ ਸਨ ਉਸ ਸਮੇਂ ਆਬੂ ਧਾਬੀ ਦਾ ਜਿਹੜਾ ਸਭ ਤੋਂ ਵੱਡਾ ਕਬੀਲਾ ਸੀ ਉਸ ਦਾ ਨਾਮ ਸੀ ਬਨਿਆਸ ਤੇ ਬਨਿਆਸ ਦੇ ਅੰਦਰ 20 ਹੋਰ ਛੋਟੇ ਛੋਟੇ ਕਬੀਲੇ ਸਨ ਜਿਨ੍ਹਾਂ ਦੇ ਉੱਪਰ ਅਲੱਗ ਅਲੱਗ ਲੋਕ ਰਾਜ ਕਰਦੇ ਸੀ ਤੇ ਇਹਨਾਂ ਸਾਰੇ ਕਬੀਲਿਆਂ ਦੇ ਵਿੱਚੋਂ ਇੱਕ ਕਬੀਲਾ ਸੀ ਅਲ ਫਸਾਈ ਟ੍ਰਾਈਬ ਇਹ ਉਹੀ ਕਬੀਲਾ ਸੀ ਜਿਸ ਦੇ ਨਾਲ ਅਲ ਮਖਦੂਮ ਅਤੇ ਅਲ ਨਿਆਨ ਸੰਬੰਧ ਰੱਖਦੇ ਸਨ ਸਾਲ 1761 ਦੇ ਵਿੱਚ ਅਲ ਫਸਾਈ ਕਬੀਲੇ ਦੇ ਲੋਕ ਤਾਜ਼ੇ ਪਾਣੀ ਦੀ ਭਾਲ ਦੇ ਵਿੱਚ ਆਬੂ ਧਾਬੀ ਦੇ ਵਿੱਚ ਆਉਂਦੇ ਨੇ ਤੇ ਕੋਸਟ ਲਾਈਨ ਦੇ ਨਾਲ ਰਹਿਣ ਲੱਗ ਪੈਂਦੇ ਨੇ ਇਹ ਉਹੀ ਇਲਾਕਾ ਹੈ ਜਿਸ ਨੂੰ ਅੱਜ ਅਸੀਂ ਆਬੂ ਧਾਬੀ ਕਹਿੰਦੇ ਹਾਂ ਉਸ ਸਮੇਂ ਇਹਨਾਂ ਸਾਰੇ ਕਬੀਲੇ ਦਾ ਜਿਹੜਾ ਆਰਥਿਕ ਢਾਂਚਾ ਸੀ ਉਹ ਸਿਰਫ ਦੋ ਚੀਜ਼ਾਂ ਦੇ ਉੱਪਰ ਹੀ ਨਿਰਭਰ ਕਰਦਾ ਸੀ ਇੱਕ ਤਾਂ ਸਮੁੰਦਰ ਦੇ ਵਿੱਚੋਂ ਮੋਤੀ ਕੱਢ ਕੇ ਲਿਆਉਣ ਤੇ ਦੂਜਾ ਮੱਛੀਆਂ ਫੜਨ ਦੇ ਨਾਲ ਇਹ ਲੋਕ ਸਮੁੰਦਰ ਦੇ ਵਿੱਚ ਗੋਤਾ ਲਗਾਉਂਦੇ ਸਨ ਤੇ ਉੱਥੋਂ ਮੋਤੀ ਲੱਭ ਕੇ ਲਿਆਉਂਦੇ ਸਨ ਤੇ ਫਿਰ ਇਹ ਮੋਤੀ ਇੱਥੋਂ ਈਰਾਨ ਅਤੇ ਇੰਡੀਆ ਦੀ ਮਾਰਕੀਟ ਦੇ ਵਿੱਚ ਭੇਜੇ ਜਾਂਦੇ ਮੁੰਬਈ ਉਸ ਸਮੇਂ ਮੋਤੀਆਂ ਦਾ ਸਭ ਤੋਂ ਵੱਡਾ ਬਾਜ਼ਾਰ ਸੀ ਪੂਰੀ ਦੁਨੀਆ ਦੇ ਵਿੱਚ ਇੱਥੇ ਮੋਤੀਆਂ ਨੂੰ ਪਾਲਿਸ਼ ਕੀਤਾ ਜਾਂਦਾ ਤੇ ਪਾਲਿਸ਼ ਕਰਨ ਤੋਂ ਬਾਅਦ ਇੱਥੋਂ ਇਹਨਾਂ ਨੂੰ ਤੁਰਕੀ ਅਤੇ ਯੂਰਪ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਇਹਨਾਂ ਮੋਤੀਆਂ ਨੂੰ ਵੇਚਣ ਦੇ ਨਾਲ ਹੀ ਆਬੂ ਧਾਬੀ ਦੇ ਲੋਕਾਂ ਨੂੰ ਥੋੜੇ ਬਹੁਤੇ ਪੈਸੇ ਮਿਲ ਜਾਂਦੇ ਸਨ ਪਰ ਜੇਕਰ ਓਵਰਆਲ ਦੇਖੀਏ ਤਾਂ ਆਬੂ ਧਾਬੀ ਦੇ ਲੋਕਾਂ ਦੇ ਹਾਲਾਤ ਉਸ ਸਮੇਂ ਬਹੁਤ ਜ਼ਿਆਦਾ ਮਾੜੇ ਸਨ ਕਿਉਂਕਿ ਮਾਰੂਥਲ ਦੇ ਵਿੱਚ ਹੋਰ ਕਿਸੇ ਚੀਜ਼ ਦੀ ਪੈਦਾਵਾਰ ਵੀ ਨਹੀਂ ਹੁੰਦੀ ਸੀ ਇੱਥੇ ਸਿਰਫ ਮੱਛੀਆਂ ਤੇ ਖਜੂਰਾ ਹੀ ਸਨ ਖਾਣ ਪੀਣ ਦੇ ਲਈ ਇਹਨਾਂ ਕਾਰਨਾਂ ਕਰਕੇ ਹੀ ਆਬੂ ਧਾਬੀ ਦੀ ਆਬਾਦੀ ਬਹੁਤ ਘੱਟ ਰਹੀ ਤੇ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਤਾਂ ਆਬੂ ਧਾਬੀ ਦੀ ਟੋਟਲ ਆਬਾਦੀ ਸਿਰਫ 6000 ਸੀ ਉਸ ਸਮੇਂ ਆਬੂ ਧਾਬੀ ਨੂੰ ਇੱਕ ਹੋਰ ਝਟਕਾ ਲੱਗਿਆ ਜਦੋਂ ਜਾਪਾਨ ਨੇ ਆਰਟੀਫੀਸ਼ੀਅਲ ਅਤੇ ਵਧੀਆ ਪਾਲਿਸ਼ ਕੀਤੇ ਹੋਏ ਮੋਤੀ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਆਬੂ ਧਾਬੀ ਦੇ ਮੋਤੀਆਂ ਦੀ ਮੰਗ ਬਿਲਕੁਲ ਖਤਮ ਹੋ ਗਈ ਤੇ ਰਹਿੰਦੀ ਕਸਰ ਕੱਢ ਦਿੱਤੀ ਉਸ ਟਾਈਮ ਦੇ ਗ੍ਰੇਟ ਡਿਪਰੈਸ਼ਨ ਨੇ ਸਮੇਂ ਆਬੂ ਧਾਬੀ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਸਨ ਕਿ ਇੱਥੇ ਚਾਰੇ ਪਾਸੇ ਭੁੱਖਮਰੀ ਅਤੇ ਗਰੀਬੀ ਫੈਲੀ ਹੋਈ ਸੀ ਇਹ ਹਾਲਾਤ ਇਕੱਲੇ ਆਬੂ ਧਾਬੀ ਦੇ ਹੀ ਮਾੜੇ ਨਹੀਂ ਸਨ ਉਸ ਸਮੇਂ ਦੁਬਈ ਸ਼ਾਰਜਾ ਅਜਮਾਨ ਅਤੇ ਇੱਥੋਂ ਤੱਕ ਕਿ ਸਾਊਦੀ ਅਰਬ ਦੇ ਵੀ ਹਾਲਾਤ ਇਸ ਤਰ੍ਹਾਂ ਦੇ ਹੀ ਸਨ ਤੇ ਫਿਰ 1938 ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਮੋੜ ਆਉਂਦਾ ਹੈ ਜਦੋਂ ਸਾਊਦੀ ਅਰਬ ਦੇ ਵਿੱਚ ਤੇਲ ਦੀ ਖੋਜ ਹੋ ਜਾਂਦੀ ਹੈ ਸਾਊਦੀ ਅਰਬ ਦੇ ਵਿੱਚੋਂ ਤੇਲ ਨਿਕਲਣ ਦੇ ਕਾਰਨ ਪੱਛਮੀ ਦੁਨੀਆ ਦਾ ਧਿਆਨ ਚਲਿਆ ਜਾਂਦਾ ਹੈ ਸਾਊਦੀ ਅਰਬ ਵੱਲ ਜਿਸ ਸਮੇਂ ਸਾਊਦੀ ਅਰਬ ਦੇ ਵਿੱਚ ਤੇਲ ਦੀ ਖੋਜ ਹੋਈ ਉਸ ਸਮੇਂ ਆਬੂ ਧਾਬੀ ਦੇ ਵਿੱਚ ਜਿਹੜੇ ਰੂਲਰ ਸਨ ਉਹ ਸਨ ਸੁਲਤਾਨ ਅਲ ਨਾਹਨ ਤੇ ਸਾਊਦੀ ਅਰਬ ਦੇ ਵਿੱਚੋਂ ਤੇਲ ਦੀ ਖੋਜ ਨੂੰ ਹੋਇਆ ਦੇਖ ਕੇ ਸ਼ੇਖ ਮੁਹੰਮਦ ਬਿਨ ਨਾਹਨ ਨੇ ਪੱਛਮ ਦੀਆਂ ਸਾਰੀਆਂ ਕੰਪਨੀਆਂ ਨੂੰ ਕਿਹਾ ਕਿ ਤੁਹਾਨੂੰ ਮੈਂ ਪੂਰੀ ਖੁੱਲੀ ਛੁੱਟੀ ਦਿੰਦਾ ਹਾਂ ਤੁਸੀਂ ਆਬੂ ਧਾਬੀ ਦੇ ਵਿੱਚ ਜਿੱਥੇ ਚਾਹੋ ਤੇਲ ਲੱਭੋ ਤੁਹਾਨੂੰ ਇਸ ਦੀ ਪੂਰੀ ਇਜਾਜ਼ਤ ਹੈ ਪਰ ਆਬੂ ਧਾਬੀ ਦੀ ਮਾੜੀ ਕਿਸਮਤ ਕਿ ਅਗਲੇ ਹੀ ਸਾਲ ਵਰਲਡ ਵਾਰ 2 ਸ਼ੁਰੂ ਹੋ ਜਾਂਦੀ ਹੈ ਤੇ ਤੇਲ ਦੀ ਖੋਜ ਦਾ ਕੰਮ ਆਬੂ ਧਾਬੀ ਦੇ ਵਿੱਚ ਰੁਕ ਜਾਂਦਾ ਹੈ ਪਰ ਵਰਲਡ ਵਾਰ 2 ਖਤਮ ਹੋਣ ਤੋਂ ਬਾਅਦ ਦੁਨੀਆ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਉਦਯੋਗਿਕ ਵਪਾਰ ਵਧਣ ਲੱਗਦਾ ਹੈ ਤੇ ਇਸ ਦੇ ਨਾਲ ਹੀ ਤੇਲ ਦੀ ਮੰਗ ਵੱਧ ਜਾਂਦੀ ਹੈ ਤੇ ਪੱਛਮੀ ਕੰਪਨੀਆਂ ਫਿਰ ਤੋਂ ਆਬੂ ਧਾਬੀ ਦੇ ਵਿੱਚ ਤੇਲ ਦੀ ਖੋਜ ਸ਼ੁਰੂ ਕਰ ਦਿੰਦੀਆਂ ਨੇ ਤੇ ਫਿਰ ਸਨ 1958 ਦੇ ਵਿੱਚ ਆਬੂ ਧਾਬੀ ਦੇ ਵਿੱਚ ਤੇਲ ਦੇ ਸਰੋਤਾਂ ਦੀ ਖੋਜ ਹੋ ਜਾਂਦੀ ਹੈ ਪਰ ਇਸ ਤੇਲ ਦੀ ਖੋਜ ਹੋਣ ਤੋਂ ਬਾਅਦ ਵੀ ਆਬੂ ਧਾਬੀ ਦੇ ਹਾਲਾਤ ਕੁਝ ਜ਼ਿਆਦਾ ਨਹੀਂ ਬਦਲਦੇ ਕਿਉਂਕਿ ਆਬੂ ਧਾਬੀ ਦੇ ਸ਼ੇਖ ਨਾਹਨ ਤੇਲ ਦੇ ਪੈਸਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਕੇਅਰਫੁਲ ਰਹਿੰਦੇ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਆਬੂ ਧਾਬੀ ਦੇ ਵਿੱਚ ਜਿਹੜੇ ਤੇਲ ਦੇ ਸਰੋਤ ਮਿਲੇ ਨੇ ਇਹਨਾਂ ਦੇ ਵਿੱਚ ਬਹੁਤ ਥੋੜਾ ਤੇਲ ਹੋਵੇਗਾ ਤੇ ਕੁਝ ਕੁ ਸਾਲਾਂ ਦੇ ਵਿੱਚ ਹੀ ਧਰਤੀ ਦੇ ਅੰਦਰੋਂ ਆਬੂ ਧਾਬੀ ਦੇ ਵਿੱਚੋਂ ਸਾਰਾ ਤੇਲ ਖਤਮ ਹੋ ਜਾਵੇਗਾ ਸ਼ਾਇਦ ਉਹਨਾਂ ਨੂੰ ਉਸ ਸਮੇਂ ਇਹ ਅੰਦਾਜ਼ਾ ਨਹੀਂ ਸੀ ਕਿ ਆਬੂ ਧਾਬੀ ਦੇ ਕੋਲ ਪੂਰੀ ਦੁਨੀਆ ਦੇ 6ਵੇਂ ਸਭ ਤੋਂ ਵੱਡੇ ਤੇਲ ਦੇ ਭੰਡਾਰ ਨੇ ਤੇ ਇਸ ਕਾਰਨ ਹੀ ਸ਼ੇਖ ਨੇ
ਏਸ਼ੀਆ ਦਾ ਤੇਲ ਦੇ ਭੰਡਾਰ ਸਨ ਉਸਦੇ ਹਾਲਾਤ ਕੁਝ ਜ਼ਿਆਦਾ ਨਹੀਂ ਬਦਲੇ ਸਨ। ਇਸ ਸਮੇਂ ਤੱਕ ਆਬੂ ਧਾਬੀ ਦੇ ਵਿੱਚ ਸਿਰਫ ਕੁਝ ਕੁ ਸੜਕਾਂ ਅਤੇ ਕੁਝ ਕੁ ਫੁੱਟਪਾਥ ਹੀ ਪੱਕੇ ਬਣੇ ਸੀ, ਪਰ 1966 ਦੇ ਵਿੱਚ ਸ਼ੇਖ ਜ਼ੈਦ ਬਿਨ ਸੁਲਤਾਨ ਨੇ ਆਰਮੀ ਦੀ ਮਦਦ ਦੇ ਨਾਲ ਆਪਣੇ ਭਾਈ ਨੂੰ ਆਬੂ ਧਾਬੀ ਦੀ ਗੱਦੀ ਦੇ ਉੱਪਰੋਂ ਲਾ ਦਿੱਤਾ ਤੇ ਉਹ ਆਪ ਆਬੂ ਧਾਬੀ ਦੇ ਰੂਲਰ ਬਣ ਗਏ। ਤੇ ਇਹ ਇੱਕ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਜਿਸ ਨੇ ਆਬੂ ਧਾਬੀ ਨੂੰ ਤੇ ਪੂਰੇ ਗਲਫ ਨੂੰ ਜਿਸ ਜਿਹਾ ਅਸੀਂ ਅੱਜ ਦੇਖਦੇ ਹਾਂ ਉਸ ਥਾਂ ਤੇ ਪਹੁੰਚਾਇਆ। ਇਸ ਕਰਕੇ ਇਹਨਾਂ ਨੂੰ ਫਾਦਰ ਆਫ ਨੇਸ਼ਨ ਵੀ ਕਿਹਾ ਜਾਂਦਾ ਹੈ। ਸ਼ੇਖ ਜ਼ੈਦ ਆਪਣੇ ਭਰਾ ਤੋਂ ਕਾਫੀ ਜ਼ਿਆਦਾ ਅਲੱਗ ਸਨ। ਉਹ ਤੇਲ ਦੀ ਖੋਜ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਉਤਸ਼ਾਹਿਤ ਸਨ। ਸ਼ੇਖ ਜ਼ੈਦ ਕਾਫੀ ਜ਼ਿਆਦਾ ਖੁੱਲੀ ਸੋਚ ਦੇ ਮਾਲਕ ਸਨ। ਉਹਨਾਂ ਨੂੰ ਪਤਾ ਸੀ ਕਿ ਜੇਕਰ ਅਸੀਂ ਅੱਗੇ ਵਧਣਾ ਹੈ ਤਾਂ ਸਾਨੂੰ ਸਾਰੇ ਕਬੀਲਿਆਂ ਨੂੰ ਇਕੱਠੇ ਹੋਣਾ ਪੈਣਾ ਹੈ। ਉਹਨਾਂ ਦਾ ਸੋਚਣਾ ਸੀ ਕਿ ਅਜਿਹਾ ਨਹੀਂ ਕਿ ਕੱਲਾ ਆਬੂ ਧਾਬੀ ਹੀ ਤੇਲ ਦੇ ਨਾਲ ਮਿਲੇ ਪੈਸਿਆਂ ਦੇ ਉੱਪਰੋਂ ਐਸ਼ ਕਰੇ ਤੇ ਉਹਨਾਂ ਦੇ ਗਵਾਂਢੀ ਸੂਬੇ ਭੁੱਖੇ ਮਰਨ, ਕਿਉਂਕਿ ਆਬੂ ਧਾਬੀ ਦੇ ਕੋਲ ਜਿੰਨਾ ਤੇਲ ਸੀ ਉਹਨਾਂ ਤੇਲ ਉਸ ਰੀਜਨ ਦੇ ਵਿੱਚ ਕਿਸੇ ਦੇ ਕੋਲ ਵੀ ਨਹੀਂ ਸੀ। ਤੇ ਫਿਰ ਜਦੋਂ 1971 ਦੇ ਵਿੱਚ ਬ੍ਰਿਟਿਸ਼ ਇੱਥੋਂ ਚਲੇ ਜਾਂਦੇ ਨੇ ਤਾਂ ਸ਼ੇਖ ਜ਼ੈਦ ਦੀ ਲੀਡਰਸ਼ਿਪ ਦੇ ਵਿੱਚ ਇਹ 6 ਰਾਜ ਮਿਲ ਕੇ ਇੱਕ ਨਵਾਂ ਦੇਸ਼ ਬਣਾਉਂਦੇ ਨੇ ਜਿਸ ਨੂੰ ਆਪਾਂ ਅੱਜ UAE ਕਹਿੰਦੇ ਹਾਂ। ਇਹ 6 ਰਾਜ ਸਨ ਆਬੂ ਧਾਬੀ, ਡੁਬਈ, ਸ਼ਾਰਜਾ, ਅਜਮਾਨ, ਓਮਾਨ ਕੁਬੇਲ ਅਤੇ ਫੁਜੇਰਾ। ਫਿਰ ਇੱਕ ਸਾਲ ਬਾਅਦ ਯਾਨੀ ਕਿ 1972 ਦੇ ਵਿੱਚ ਰੈਸਲ ਖੇਮਾ ਵੀ UAE ਦੇ ਵਿੱਚ ਸ਼ਾਮਲ ਹੋ ਗਿਆ ਤੇ ਆਬੂ ਧਾਬੀ ਫਿਰ UAE ਦੀ ਰਾਜਧਾਨੀ ਬਣ ਗਿਆ ਤੇ ਸ਼ੇਖ ਜ਼ੈਦ ਇਸ ਦੇ ਪਹਿਲੇ ਪ੍ਰੈਜੀਡੈਂਟ ਬਣੇ। ਪ੍ਰੈਜੀਡੈਂਟ ਬਣਨ ਤੋਂ ਬਾਅਦ ਸ਼ੇਖ ਜ਼ੈਦ ਨੇ ਸਭ ਤੋਂ ਪਹਿਲਾਂ ਮੁੱਢਲੀਆਂ ਲੋੜਾਂ ਦੇ ਉੱਪਰ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਵਧੀਆ ਰੋਡ ਬਣਾਉਣੇ ਜਿਸ ਦੇ ਨਾਲ ਆਬੂ ਧਾਬੀ ਨੂੰ ਬਾਕੀ ਦੇ ਇਲਾਕਿਆਂ ਦੇ ਨਾਲ ਜੋੜਿਆ ਜਾ ਸਕੇ। ਤੇ ਇਹਨਾਂ ਨੇ ਕਈ ਬਿਜਲੀ ਪੈਦਾ ਕਰਨ ਵਾਲੇ ਵੀ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਤੇ ਆਬੂ ਧਾਬੀ ਨੇ ਉੱਤਰ ਦੇ ਵਿੱਚ ਕੋਸਟ ਲਾਈਨ ਦੇ ਨਾਲ ਨਾਲ ਸਮੁੰਦਰੀ ਤੂਫਾਨਾਂ ਤੋਂ ਬਚਣ ਦੇ ਲਈ ਇੱਕ ਕੰਧ ਵੀ ਬਣਾਈ। ਇਸ ਤੋਂ ਬਾਅਦ ਸ਼ੇਖ ਜ਼ੈਦ ਨੇ ਆਪਣਾ ਸਾਰਾ ਧਿਆਨ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਵਿੱਚ ਲਗਾ ਦਿੱਤਾ, ਜਿਵੇਂ ਕਿ ਸਕੂਲ, ਹਸਪਤਾਲ, ਸਰਕਾਰੀ ਇਮਾਰਤਾਂ, ਆਰਮੀ ਅਤੇ ਪੁਲਿਸ ਦੇ ਉੱਪਰ ਉਹਨਾਂ ਨੇ ਬਹੁਤ ਜ਼ਿਆਦਾ ਫੋਕਸ ਕੀਤਾ, ਕਿਉਂਕਿ ਡੁਬਈ ਦੇ ਕੋਲ ਤੇਲ ਦੇ ਬਹੁਤ ਜ਼ਿਆਦਾ ਸਰੋਤ ਨਹੀਂ ਸਨ। ਇਸ ਕਰਕੇ ਸ਼ੇਖ ਜ਼ੈਦ ਨੇ ਡੁਬਈ ਦੇ ਰੂਲਰ ਅਲ ਮਖਦੂਮ ਨੂੰ ਇੱਕ ਸਲਾਹ ਦਿੱਤੀ ਕਿ ਉਹ ਡੁਬਈ ਦੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਤੇ ਦੋ ਚੀਜ਼ਾਂ ਦੇ ਉੱਤੇ ਖਾਸ ਧਿਆਨ ਦੇਣ, ਇੱਕ ਤਾਂ ਡੁਬਈ ਦੇ ਵਿੱਚ ਟੂਰਿਜ਼ਮ ਦੇ ਉੱਪਰ ਤੇ ਦੂਜਾ ਇਸ ਦੀ ਸੀ ਪੋਰਟ ਦੇ ਉੱਪਰ। ਉਸ ਸਮੇਂ ਆਬੂ ਧਾਬੀ ਨੇ ਡੁਬਈ ਨੂੰ ਡਿਵੈਲਪ ਕਰਨ ਦੇ ਲਈ ਉਸ ਨੂੰ ਇੱਕ ਚੰਗੀ ਮੋਟੀ ਰਕਮ ਵੀ ਦਿੱਤੀ। ਇਸ ਤਰ੍ਹਾਂ ਹੌਲੀ ਹੌਲੀ ਡੁਬਈ ਆਪਣੇ ਇਨਫਰਾਸਟ੍ਰਕਚਰ ਦੀ ਮਦਦ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਆਬੂ ਧਾਬੀ ਦੇ ਸ਼ੇਖ ਨਾਹਨ ਦੇ ਤੀਜੇ ਬੇਟੇ ਅੱਗੇ ਜਾ ਕੇ UAE ਦੇ ਪ੍ਰੈਜ਼ੀਡੈਂਟ ਬਣਦੇ ਨੇ। ਇਹਨਾਂ ਨੇ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਆਪਣੇ ਪਿਤਾ ਦੇ ਕੰਮ ਨੂੰ ਦੇਖਿਆ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਬੂ ਧਾਬੀ ਨੂੰ ਇੰਨੇ ਥੋੜੇ ਸਮੇਂ ਦੇ ਵਿੱਚ ਡਿਵੈਲਪ ਕੀਤਾ ਸੀ। ਇਹਨਾਂ ਨੇ ਇੱਕ ਫਾਈਨੈਂਸ਼ੀਅਲ ਬੋਰਡ ਬਣਾਇਆ ਜਿਸ ਦਾ ਕੰਮ ਸੀ ਤੇਲ ਦੇ ਵਿੱਚੋਂ ਆਉਣ ਵਾਲੇ ਪੈਸੇ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਪਰ ਇਨਵੈਸਟ ਕਰਨਾ। ਇਸ ਦੇ ਪਿੱਛੇ ਕਾਰਨ ਇਹ ਸੀ ਕਿ ਭਵਿੱਖ ਦੇ ਵਿੱਚ ਜੇਕਰ ਆਬੂ ਧਾਬੀ ਦੇ ਕੋਲ ਕਿਸੇ ਕਾਰਨ ਤੇਲ ਤੋਂ ਪੈਸਾ ਨਹੀਂ ਆਉਂਦਾ ਜਾਂ ਉਹਨਾਂ ਦਾ ਤੇਲ ਖਤਮ ਹੋ ਜਾਂਦਾ ਹੈ ਤਾਂ ਵੀ ਉਹਨਾਂ ਨੂੰ ਜ਼ਿਆਦਾ ਫਰਕ ਨਾ ਪਵੇ, ਕਿਉਂਕਿ ਉਹਨਾਂ ਕੋਲ ਕਮਾਈ ਦੇ ਹੋਰ ਵੀ ਸਾਧਨ ਹੋਣ। ਉਦਾਹਰਨ ਦੇ ਤੌਰ ਤੇ ਜਦੋਂ 2008 ਦੇ ਵਿੱਚ ਆਰਥਿਕ ਸੰਕਟ ਆਇਆ ਸੀ ਉਸ ਸਮੇਂ ਜਿਹੜੀ ਡੁਬਈ ਦੀ ਅਰਥ ਵਿਵਸਥਾ ਸੀ ਉਹ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰ ਗਈ ਸੀ ਤੇ ਡੁਬਈ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਉਸ ਸਮੇਂ ਆਬੂ ਧਾਬੀ ਨੇ ਹੀ $10 billion ਦਾ ਉਸ ਨੂੰ ਲੋਨ ਦਿੱਤਾ ਸੀ। ਕਾਰਨ ਹੀ ਡੁਬਈ ਨੇ ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ ਬੁਰਜ ਦੁਬਈ ਉਸ ਦਾ ਨਾਮ ਬਦਲ ਕੇ ਬੁਰਜ ਖਲੀਫਾ ਕਰ ਦਿੱਤਾ, ਜਿਹੜਾ ਕਿ ਆਬੂ ਧਾਬੀ ਦੇ ਸ਼ੇਖ ਦੇ ਨਾਮ ਉੱਪਰ ਹੈ। ਆਬੂ ਧਾਬੀ ਦੇ ਸ਼ੇਖ ਮੁਹੰਮਦ ਬਿਨ ਜ਼ੈਦ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਆਰਮੀ ਦੇ ਵਿੱਚ ਵੀ ਲੰਘਿਆ ਹੈ। 20 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਇਮਰਾਤੀ 에ਅਰ ਫੋਰਸ ਜੁਆਇਨ ਕਰ ਲਈ ਸੀ ਤੇ ਫਿਰ 1991 ਦੇ ਵਿੱਚ ਜਦੋਂ ਸਦਾਮ ਹੁਸੈਨ ਨੇ ਕੁਵੈਤ ਦੇ ਉੱਪਰ ਹਮਲਾ ਕੀਤਾ ਤਾਂ ਉਹਨਾਂ ਦੇ ਵਿਰੁੱਧ ਵੀ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਹੀ ਸਾਰਾ ਕੰਮ ਹੋਇਆ। ਆਰਮੀ ਦਾ ਪਿਛੋਕੜ ਹੋਣ ਦੇ ਕਾਰਨ ਹੀ ਸ਼ੇਖ ਜ਼ੈਦ ਚਾਹੁੰਦੇ ਸਨ ਕਿ UAE ਦੀ ਆਰਮੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਆਰਮੀ ਬਣੇ। ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ UAE ਦੀ ਆਰਮੀ ਨੂੰ ਪੱਛਮ ਦੇ ਵਿੱਚ ਲਿਟਲ ਸਪਾਟਾ ਵੀ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ UAE ਦੇ ਕੋਲ ਪੂਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਵੈਲ ਟ੍ਰੇਨਡ ਆਰਮੀ ਮੌਜੂਦ ਹੈ। UAE ਦੇ ਕੋਲ ਅੱਜ ਦੇ ਦਿਨ 60,000 ਸਿਪਾਹੀਆਂ ਦੀ ਆਰਮੀ ਹੈ ਤੇ ਇਹਨਾਂ ਦੀ ਮਿਲਟਰੀ ਦਾ ਸਾਲਾਨਾ ਬਜਟ ਹੈ $20 billion। ਹਾਲ ਹੀ ਦੇ ਵਿੱਚ UAE ਨੇ ਅਮਰੀਕਾ ਤੋਂ ਮਿਲਟਰੀ ਡਿਫੈਂਸ ਮਿਜ਼ਾਈਲ ਸਿਸਟਮ ਵੀ ਖਰੀਦਿਆ ਹੈ ਜਿਹੜਾ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਐਡਵਾਂਸ ਸਿਸਟਮ ਦੇ ਵਿੱਚੋਂ ਇੱਕ ਹੈ। ਇਹ ਉਹੀ ਸਿਸਟਮ ਹੈ ਜਿਹੜਾ ਅਮਰੀਕਾ ਨੇ ਸਾਊਥ ਕੋਰੀਆ ਦੇ ਵਿੱਚ ਲਗਾਇਆ ਸੀ, ਜਿਸ ਕਾਰਨ ਅਮਰੀਕਾ ਤੇ ਚੀਨ ਦੇ ਵਿੱਚ ਵੀ ਕਾਫੀ ਜ਼ਿਆਦਾ ਤਣਾਅ ਵੱਧ ਗਿਆ ਸੀ। UAE ਸਾਊਦੀ ਅਰਬ ਤੋਂ ਬਾਅਦ ਅਮਰੀਕਾ ਤੋਂ ਸਭ ਤੋਂ ਜ਼ਿਆਦਾ ਹਥਿਆਰ ਖਰੀਦਣ ਵਾਲਾ ਦੂਜਾ ਦੇਸ਼ ਹੈ। UAE ਦੀ ਆਰਮੀ ਨੇ ਸੋਮਾਲੀਆ, ਯਮਨ, ਇਜਿਪਤ ਅਤੇ ਲੀਬੀਆ ਦੇ ਵਿੱਚ ਵੀ ਕਈ ਸਫਲ ਆਪਰੇਸ਼ਨ ਕੀਤੇ ਨੇ। UAE ਦੀ ਇਕੱਲੀ ਆਰਮੀ ਨਹੀਂ ਬਲਕਿ UAE ਦੀ ਪੁਲਿਸ ਨੂੰ ਵੀ ਅੱਜ ਦੁਨੀਆ ਦੀ ਬੈਸਟ ਪੁਲਿਸ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ, ਜਿਹੜੀ ਕਿ ਵੈਲ ਟ੍ਰੇਨਡ ਹੈ। ਇਹੀ ਕਾਰਨਾਂ ਕਰਕੇ 2003 ਦੇ ਵਿੱਚ ਆਬੂ ਧਾਬੀ ਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਸੁਰੱਖਿਅਤ ਸ਼ਹਿਰਾਂ ਦੇ ਵਿੱਚੋਂ ਇੱਕ ਕਿਹਾ ਗਿਆ ਸੀ। ਇਹੀ ਕਾਰਨਾਂ ਕਰਕੇ UAE ਅੱਜ ਦੇ ਦਿਨ ਵੱਡੀਆਂ ਫਰਮਾਂ ਦਾ ਹੈੱਡਕੁਆਟਰ ਬਣ ਚੁੱਕਿਆ ਹੈ। UAE ਦੀ ਇੰਨੀ ਤਰੱਕੀ ਦਾ ਸਿਹਰਾ ਜਾਂਦਾ ਹੈ ਆਬੂ ਧਾਬੀ ਦੀ ਲੀਡਰਸ਼ਿਪ ਦੇ ਸਿਰ, ਜਿਸ ਨੇ ਬਹੁਤ ਜ਼ਿਆਦਾ ਪਲੈਨਿੰਗ ਦੇ ਨਾਲ ਇੱਥੇ ਅਜਿਹਾ ਲਾਅ ਐਂਡ ਆਰਡਰ ਫਿਕਸ ਕੀਤਾ ਜਿਸ ਦੇ ਕਾਰਨ ਵੱਡੀਆਂ ਵੱਡੀਆਂ ਕੰਪਨੀਆਂ ਹੁਣ UAE ਦੇ ਵਿੱਚ ਜਾ ਰਹੀਆਂ ਨੇ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਸ਼ੇਖ ਮੁਹੰਮਦ ਬਿਨ ਜ਼ੈਦ ਡੈਮੋਕ੍ਰੇਸੀ ਜਾਂ ਕਹੀਏ ਲੋਕਤੰਤਰ ਦੇ ਬਹੁਤ ਜ਼ਿਆਦਾ ਖਿਲਾਫ ਨੇ ਅਰਬ ਕੰਟਰੀਆਂ ਦੇ ਵਿੱਚ। ਉਹਨਾਂ ਦਾ ਮੰਨਣਾ ਹੈ ਕਿ ਅਰਬ ਦੇਸ਼ ਲੋਕਤੰਤਰ ਜਾਂ ਕਹੀਏ ਡੈਮੋਕ੍ਰੇਸੀ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਹਨ। ਉਹਨਾਂ ਦਾ
कारण ही अज पूरे गल्फ नूं अबूधाबी कंट्रोल करी बैठा है। मोहम्मद बिन जैद हुण अलग अलग देशां दे कूटनीतिक जां कहीए डिप्लोमैटिक दे नाल वधिया संबंध बना रहे ने। इंडिया, इंडोनेशिया, इथोपिया, चाइना, रशिया इह सारे देश हुण मोहम्मद बिन जैद दे नाल मिल के चल रहे ने, क्योंकि इन्हां सारे देशां नूं पता है कि मोहम्मद जैद अज गल्फ दे पूरे शक्तिशाली अते पावरफुल नेता ने। तपदे होए मारूथल ते गरीबी दे संघड़े बदलां दे थले किवें अबूधाबी अते पूरे दुबई नूं खड़ा कीता गया, इह अपने आप दे विच इक मिसाल है। पैशन, कमिटमेंट अते अपने लोकां दे नाल वफादारी, इह इक अजिही चीज है जिहड़ी मारूथल नूं भी गुलस्तान बना सकदी है। इह है जी पूरी स्टोरी गल्फ दे सब तों मजबूत जां कहीए पावरफुल नेता ते अबूधाबी दी। तुहानूं साडी वीडियो किद्दां लगी कमेंट करके जरूर दसना, ते साडे यूट्यूब दे चैनल जरूर टीवी नूं जरूर सबसक्राइब करना। धन्यवाद।